ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਲੱਤ ਵੀ ਖਰਾਬ ਆ ਜਿਸ ਕਰਕੇ ਇਸ ਸਾਈਕਲ ਤੇ ਉਹ ਇੱਥੇ ਪਹੁੰਚੇ ਨੇ ਕਿ ਮਾਨ ਸਾਹਿਬ ਤੇਰਾ ਮੁੱਖ ਮੰਤਰੀ ਬਣੇਗਾ ਕੋਈ ਫਾਇਦਾ ਨਹੀਂ ਹੈ ਮੁੱਖ ਮੰਤਰੀ ਜਿਹੜਾ ਕੁਰਸੀ ਵਾਲਾ ਪਬਲਿਕ ਦਾ ਖੁਦ ਡਰਦਾ ਖੁਦ ਗੁਨਾਹਗਾਰ ਹੈ ਕਾਹ ਨੂੰ ਫਿਰ ਬੱਕਰੀਆਂ ਚਾਰਨੀ ਨਾ ਮੁੱਖ ਮੰਤਰੀ ਕੁਰਸੀ ਨਹੀਂ ਮਿਲਦੀ ਇਹਨੂੰ ਜਿਹੜੇ ਆਪਣੇ ਭਾਈ ਕਹਿੰਦੀ ਹੈ ਉਹਨਾਂ ਦੀ ਕਿਰਪਾ ਕਰੋ ਉਹਨੂੰ ਸਰਾਉਣ ਲਈ ਆਨੀ ਪਤਾ ਨਹੀਂ ਕੀ ਕੁਛ ਪੰਜਾਬ ਕਰਦਾ ਅਗਰ ਜੇ ਮੋਰਚੇ ਮੈਂ ਕੁਛ ਹੋ ਗਿਆ ਨਾ ਲੜਾਈ ਝਗੜਾ ਇਹ ਜਗ੍ਹਾ ਜੋ ਹੈ ਮੋਰਚੇ ਦੀ ਹੋ ਜਾਣੀ ਹੈ ਹਰ ਸਾਲ ਮੋਰਚਾ ਲੱਗਦਾ ਸੀ ਆਹੀ ਮੇਰਾ ਘਰ ਹੈ ਆਹੀ ਮੇਰਾ ਪਿੰਡ ਹੈ ਆਹੀ ਮੇਰਾ ਸੁਪਨਾ ਬੁਰਾ ਆਦਮੀ ਕੋਈ ਹੈ ਨਹੀਂ ਤੇਰਾ ਔਰ ਤੁਸੀਂ ਮਤਲਬ ਇੱਥੇ ਮੋਰਚੇ ਦੋ ਨਾਮ ਤਾਂ ਹੋਗਾ ਬਈ ਮੋਰਚੇ ਦੇ ਸਹੀ ਦੋ ਗਿਆ ਅੱਖ ਕਿਵੇਂ ਖਰਾਬ ਹੋਈ ਹੈ ਬਾਪੂ ਜੀ ਆਹ ਉੱਪਰ ਬੈਠਣ ਲੱਗਿਆ ਬੈਠਣ ਦੀ ਜਾਣ ਲੱਤ ਮਾਰੀ ਹੈ ਉਹ ਡਾਕਟਰ ਕਿਸੇ ਨਾਲ ਮਤਲਬ ਹਾਂ ਵੀ ਨਹੀਂ ਬਣੀ ਹੈ ਉਹਨੇ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ ਕਹਿੰਦੇ ਨੇ ਕਿ ਉਮਰਾਂ ਦਾ ਜਿਹੜਾ ਮਰਜ਼ੀ ਮੋੜ ਹੋਵੇ ਪਰ ਧੜਕਣਾਂ ਦੇ ਵਿੱਚ ਨਸ਼ਾ ਹੋਣਾ ਚਾਹੀਦਾ ਹੈ ਅਜਿਹਾ ਹੀ ਨਸ਼ਾ ਧੜਕਣਾਂ ਦੇ ਵਿੱਚ ਹੈ ਅਤੇ ਕਿਸ ਸ਼ਖਸ ਦੀਆਂ ਧੜਕਣਾਂ ਦੇ ਵਿੱਚ ਵੱਡੀ ਉਮਰ ਦੇ ਵਿੱਚ ਵੀ ਨਸ਼ਾ ਉਸ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਕਿਉਂਕਿ ਮੋਹਾਲੀ ਚੰਡੀਗੜ੍ਹ ਬਾਰਡਰ ਦੀ ਗੱਲ ਕਰਾਂ ਤਾਂ ਲਗਾਤਾਰ ਕੌਮੀ ਇਨਸਾਫ ਮੋਰਚਾ ਇੱਥੇ ਲੱਗਿਆ ਹੋਇਆ ਅਤੇ ਵੱਡੀ ਗਿਣਤੀ ਦੇ ਵਿੱਚ ਸਮਰਥਨ ਦੇਣ ਦੇ ਲਈ ਸਿੱਖਾਂ ਨੂੰ ਸਿੱਖ ਜਥੇਬੰਦੀਆਂ ਨੂੰ ਆਗੂਆਂ ਨੂੰ ਇੱਥੇ ਲੋਕ ਦੂਰ ਦੁਰਾਡੇ ਤੋਂ ਪਹੁੰਚ ਰਹੇ ਨੇ ਅਤੇ ਇੱਥੇ ਇੱਕ ਤਸਵੀਰ ਮੈਂ ਦਿਖਾਉਣੀ ਚਾਹਾਂਗਾ ਕਿਉਂਕਿ ਬਜ਼ੁਰਗ ਨੇ ਕਾਫੀ ਵੱਡੀ ਉਮਰ ਦੇ ਬਜ਼ੁਰਗ ਨੇ ਜੋ ਇੱਥੇ ਪਹੁੰਚੇ ਹੋਏ ਨੇ ਬੰਦੇ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰਨ ਦੇ ਲਈ ਇਸ ਮੋਰਚੇ ਦੇ ਵਿੱਚ ਆਪਣੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਲੱਤ ਵੀ ਖਰਾਬ ਆ ਜਿਸ ਕਰਕੇ ਇਸ ਸਾਈਕਲ 'ਤੇ ਉਹ ਇੱਥੇ ਪਹੁੰਚੇ ਨੇ ਕਿੱਥੋਂ ਆਏ ਨੇ ਕਿੰਨੇ ਦਿਨਾਂ ਤੋਂ ਇੱਥੇ ਧਰਨੇ ਦੇ ਵਿੱਚ ਉਹ ਸ਼ਾਮਲ ਹੋਏ ਨੇ ਕੀ ਨਾਮ ਆ ਅਤੇ ਕਿਸ ਮਕਸਦ ਦੇ ਨਾਲ ਇੱਥੇ ਪਹੁੰਚੇ ਨੇ ਉਹ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਨਾਮ ਆ ਬਾਪੂ ਜੀ ਮੇਰਾ ਨਾਮ ਜੈਵੀਰ ਹੈ ਜੀ ਅਤੇ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਮੇਰਾ ਪਿੰਡ ਰਾਜੇ ਮਾਜਰਾ ਰੋਪੜ ਜ਼ਿਲ੍ਹੇ ਦੇ ਵਿੱਚ ਹੈ 5-6 ਸਾਲ ਤੋਂ ਮੈਂ ਚੰਡੀਗੜ੍ਹ ਦੇ ਵਿੱਚ ਹੀ ਰਹਿੰਦਾ ਅੱਛਾ ਜੀ ਆਹ ਮੋਰਚਾ ਲੰਘਣ ਦੇ ਮਗਰੋਂ ਮੈਂ ਮੋਰਚੇ ਦੇ ਇੱਥੇ ਹਾਜ਼ਰ ਭਰੀ ਹੈ ਹਾਜ਼ਰੀ ਭਰਨੇ ਪਿੱਛੇ ਮੈਂ 1-2 ਦਿਨ ਪੈ ਕੇ ਚਲੇ ਗਿਆ ਸੀ ਮੇਰਾ ਮਨ ਖੱਟਾ ਕਰਦਿਆ ਸੀ ਇਹਨਾਂ ਨੇ ਆਪਣੇ ਆਪ ਖੁਦ ਉਹ ਕਿਉਂ ਕਰਿਆ ਸੀਗਾ ਇਹਨਾਂ ਨੇ ਰਾਤ ਨੂੰ ਕਥਾ ਵੀ ਕਹੀ ਹੈ ਬਚਨ ਵੀ 5-7 ਸਾਂਝੇ ਕਰੇ ਹੈ ਉਹਨੇ ਇਹ ਕਿਹਾ ਵੀ ਡਾਂਗਾ ਵੀ ਚੱਲ ਸਕਦੀਆਂ ਔਰ ਡਾਂਗਾ ਕਹਿਣੇ ਸੀ ਮੇਰਾ ਮਨ ਖੱਟਾ ਹੋ ਗਿਆ ਤੁਸੀਂ ਡਰ ਗਏ ਜਦੋਂ ਉਹਨਾਂ ਨੇ ਕਿਹਾ ਵੀ ਡਾਂਗਾ ਚੱਲ ਸਕਦੀਆਂ ਨੇ ਹਾਂ ਡਰ ਗਏ ਸੀ ਮੈਂ ਡਾਂਗਾ ਚੱਲ ਸਕਦਾ ਬੁੜਾ ਆਦਮੀ ਕੋਈ ਹੈ ਨਹੀਂ ਤੇਰਾ ਔਰ ਤੁਸੀਂ ਮਤਲਬ ਇੱਥੇ ਮੋਰਚੇ ਦੋ ਤੁਸੀਂ ਕਹਿ ਰਹੇ ਹੋ ਕਿ ਵੀ ਸ਼ਾਂਤਮਈ ਪ੍ਰਦਰਸ਼ਨ ਹੋਣਾ ਚਾਹੀਦਾ ਜਿਹੜਾ ਹਾਂ ਅੱਛਾ ਜੀ ਮੈਂ ਸੋਚਿਆ ਵੀ ਨਹੀਂ ਮੈਂ ਸੋਚੇ ਲੈ ਗਿਆ ਆਪਣੀ ਇਹ ਸਾਈਕਲ ਛੱਡ ਗਿਆ ਕੱਪੜੇ ਧੋਏ ਦੇ ਉਹ ਸੁੱਕਣੇ ਪਾਏ ਸੀ ਇਹ ਸੁਹਾਣਾ ਉਹ ਲੈਣ ਚਲੇ ਗਿਆ ਆਉਣ ਦੇ ਕਿ ਮੈਨੂੰ ਸਿੰਘ ਮਿਲ ਗਿਆ ਟੰਬੂ ਦੇ ਵਿੱਚ ਬਾਬਾ ਜੀ ਕਿੱਥੇ ਚੱਲੇ ਹੋ ਮਗਾ ਜੀ ਮੋਰਚੇ 'ਤੇ ਕਹਿੰਦਾ ਬਾਬਾ ਇਹ ਰਿਸਕ ਨਹੀਂ ਲਈਦਾ ਹੁੰਦਾ ਇਹ ਤਾਂ ਮੁਰਮਾਰੀਗਾ ਹੈਗਾ ਮਗਾ ਚਲੋ ਕੋਈ ਨਹੀਂ ਜੋ ਹੈਗਾ ਤੋ ਨਾਮ ਤਾਂ ਹੋਗਾ ਬਈ ਮੋਰਚੇ ਦੇ ਸ਼ਹੀਦ ਹੋਇਆ ਜੇ ਆਪਾਂ ਨਹੀਂ ਕਰ ਸਕਦੇ ਨਾਮ ਤਾਂ ਹੋਊਗਾ ਨਾ ਸ਼ਹੀਦੀ ਦਾ ਮੈਂ ਫਿਰ ਇੱਥੇ ਆ ਗਿਆ ਜੀ ਇੱਥੇ ਆਏ ਪਿੱਛੇ ਕਦੀ ਆ ਜਾਵਾਂ ਕਦੀ ਚਲ ਜਾਵਾਂ ਸੁਹਾਣਾ ਮੈਨੂੰ ਕੋਈ ਮਤਲਬ ਕੈਂਪ ਕਾ ਕੋਈ ਬੰਦਾ ਸਿੰਘ ਮਿਲ ਗਿਆ ਮੈਨੂੰ ਇੱਥੇ ਕਹਿੰਦਾ ਬਾਬਾ ਤੁਹਾਡੀ ਅੱਖ ਖਰਾਬ ਹੈ ਔਰ ਇਹਨੂੰ ਟਰੀਟ ਠੀਕ ਕਰਾ ਲਓ ਮੈਂ ਕਿਹਾ ਜੀ ਕੋਈ ਮਿਲਦਾ ਨਹੀਂ ਕਹਿਣ ਲੱਗਿਆ ਕੈਂਪ ਲੱਗੂਗਾ 5 ਤਰੀਕ ਨੂੰ ਇਹ ਅੱਖ ਕਿਵੇਂ ਖਰਾਬ ਹੋਈ ਹੈ ਬਾਪੂ ਜੀ ਇਹ ਬਚਪਨ ਮੈਂ ਆਲ ਬਾਲੀ ਬੱਚੇ ਹੁੰਦੇ ਹੀ ਹੈ ਖੋਤਾ ਆਇਆ ਅਤੇ ਉਹ ਫੜ ਲਿਆ ਜੀ ਉਹ 5-6 ਸੀ ਉਹ ਬੈਠ ਕੇ ਮੈਨੂੰ ਜਗ੍ਹਾ ਨਹੀਂ ਮਿਲੀ ਹੈ ਉਹ ਕਹਿਣ ਲੱਗੇ ਵੀ ਦੱਸ ਕੇ ਮਗਾ ਮੈਂ ਕਿੱਥੇ ਵੱਡਾ ਕਹਿੰਦੇ ਜਗ੍ਹਾ ਹੀ ਨਹੀਂ ਹੈ ਮਗਾ ਜਗ੍ਹਾ ਤਾਂ ਮੈਂ ਕਰ ਲੈਣੀ ਹਾਂ ਉਹਦੀ ਪੂੰਛ ਹਲਾਈ ਤਾਂ ਉਹ ਸਿੱਟ ਲਿੱਤੇ ਆਹ ਉੱਪਰ ਬੈਠਣ ਲੱਗਿਆ ਬੈਠਣ ਦੀ ਜਾਣ ਲੱਤ ਮਾਰੀ ਹੈ ਜੀ ਅਸੀਂ ਔਰ ਜਦੀ ਇਹ ਮਤਲਬ 2013 ਤੱਕ ਠੀਕ ਰਹੀ ਹੈ ਉਹਦੇ ਬਾਅਦ 'ਚ ਇਹ ਡਾਊਨ ਹੋਣ ਲੱਗੀ ਹੈ ਡਾਕਟਰ ਉਹ ਡਾਕਟਰ ਕਿਸੇ ਨਾਲ ਮਤਲਬ ਹਾਂ ਵੀ ਨਹੀਂ ਭਰੀ ਹੈ ਬਸ ਦਵਾਈ ਪਵਾਈ ਗਏ ਫਤਿਹਗੜ੍ਹ ਸਾਹਿਬ ਰੋਪੜ ਅਨੰਦਪੁਰ ਸਾਹਿਬ 6 ਸੈਕਟਰ ਪਤਕੁੱਲਾ PGI 16 ਸੈਕਟਰ ਚੰਡੀਗੜ੍ਹ 32 ਸੈਕਟਰ ਮੋਹਾਲੀ ਮੈਂ ਸਾਰਿਆਂ ਨੂੰ ਘੁੰਮ ਲਿਆ ਕਿਸੇ ਡਾਕਟਰ ਨੇ ਇਹ ਨਹੀਂ ਕਿਹਾ ਵੀ ਹਾਂ ਲੈਂਚ ਪਵਾਈ ਆ ਲੈਂਚ ਮੈਂ 2-3 ਸਾਲ ਠੀਕ ਰੱਖਿਆ ਫਿਰ ਡਾਊਨ ਹੋ ਗਈ ਹੈ ਹੁਣ ਕੋਈ ਜਵਾਬ ਨਹੀਂ ਦੇ ਰਿਹਾ ਡਾਕਟਰ ਡਾਕਟਰ ਨੂੰ ਪੂਰਾ ਕਹਿੰਦਾ ਮੈਂ
मगर जी थोड़ी पढ़ाई का कोई फायदा नहीं है, जो एक चीज बन गई है वो कामयाब नहीं रही है वो दोबारा नहीं बन सकती। जो चीज लगी है नहीं काम करने, पहले काम करा फिर नहीं काम करती, उन्होंने दोबारा भी तो बना सकते, नहीं बना सकते, जवाब नहीं देता कोई भी। हर कम चला उन्हें हथ अपने दिल में समझा के ते अच्छे मोर्चे से मैं आया हुआ। मैं तो यही मोर्चे बेनती कराँगा बी, मतलब जो मान साहब है तेरा मुख्यमंत्री बनेगा कोई फायदा नहीं है, अगर ये साढ़े जो सिंह मतलब उनके कोई कांड हो गया हो या कजा हो, उन्होंने अपनी सजा पूरा दंड भोग लिया, उन्हें छड़ क्यों नहीं रहे हैं, क्यों नहीं छड़ जाते हो? नहीं एक नहीं छोड़े बस का तो क्या क्या जवाब दे, तू सारा दुश्मन नहीं है और नहीं तेरे दुश्मन है, दुश्मन तुझे खुद बनते हो। मुख्यमंत्री जो है कुर्सी वाला पब्लिक का खुद डरता, खुद गुनाहगार है। ये तो मतलब जो शहीद मतलब कैदी सिंह है ये तो छड़ने पैने पैने हैं। अच्छा बापू जी, तुम कह रहे हो कि मुख्यमंत्री भगवंत मान इतने आके जवाब देना चाहिए, पर जो इतने डेली 31 मैंबर का जत्था मीटिंग करने के लिए जाते हैं पर उन्होंने भी रास्ते के ही रोक लिया जाता बैरीगेट ला के? रोको ना रोको, ये काम तो करना पैना इन्हों। हाँ गांव में बकरिया चारनी ने मुख्यमंत्री कुर्सी नहीं मिलती इनू, ये भी दस दो मैं उन्होंने सुनता होगा वो सुन जाए, कुर्सी का कुछ नहीं मिलना फिर बकरियां चारा चुकर पैदा चार देगा कैश पे बनाऊगा फिर। अच्छा इतने किन्ने दिन हो गए बापू जी थोड़ा मोर्चे के इतने जल्दा मोर्चा लगे, मैं 3-4 बार इतने हाजिरी भर चुका जी मैं। अच्छा हूँ जो है 4-5 दिन हो गए मैं इतने हाँ, हूँ इतने ही रहना जो तक मंगा का हल नहीं होंगे। हाँ जी मैं इतने रहना, इतना के मतलब मोर्चा फसे नहीं होंगे है। हाँ कपड़े वगैरह तुम रखे हुए ने फिर? सारा कुछ नाल है मगर बिस्तर है जी, जिसे थान दिखा रोटी खा के सो जाइदा, चाहे होटल दी मिली होटल दे खा लीजा, वो भी महाराज की है, महाराज दे घर मिलती है वो भी महाराज की है। शाम नू 5:30 बजे खा पी के अपना आराम ना बिस्तरा बिछा दे घरे मारना, कोई टेंशन नहीं है अपन। टेंशन ये है भाई जेडे अपने भाई कैदी हैं उन्हां दी कृपा करो उन्हें सजाउण दी, आनी पता नहीं की कुछ पंजाब कर देगा। सिख दबे नहीं है न दबन गए, इन्होंने जद्दा हिंदुस्तान पाकिस्तान बिना जद्दे मोर्चे मोर्चे लाने आए हैं और कोई भी मोर्चा ने बिरता नहीं गया, सारे मोर्चे जीत के आए हैं और ये भी मोर्चा जीते जाऊगा, ये जीत गया तो ये जगह भी पूछूगी। अगर ये मोर्चे में कुछ हो गया ना लड़ाई झगड़ा, ये जगह जो है मोर्चे की हो जानी है, हर साल मोर्चा लगवा फिर से। हाँ वो क्यों लगवा भी, हमने अच्छा मोर्चा जीता इस जगह का। अच्छा तुम परिवार दे विच थोड़े कोई होर है जा इकल्ले हो बाबा जी? देखो जी परिवार मेरा कोई नहीं है हूँ, मैं तो बचपन के बीच 17 साल में अपना घर छड़ बैठे जी, साढ़े घर के खाने का प्रबंध नहीं सी, अपन ने सोचा भी भाई के बच्चे की पालने हैं जवानी में इनके बच्चे की मतलब पालने हैं, मुर्गा बुढ़ापे छोटा नहीं है, इस करके मैं घर छोड़ दिया जी। 30 साल में ड्राइवरी करी है, 30 साल में हक्की बैट बल्ले चीड़ी छिक्के फुटबॉल ही भेजता हूँ, जो है मेरे को रुमाल नीच कर कंगे चाबी छले मोबाइल चार्ज कच छुरी ये सामान भेजता जी, होर आइटम बहुत हैं जी वही बेच के अपना। अच्छा बेच दे हो नाल तुसी? हाँ जी बेचते अपना गुजारा महाराज करी जाता जी। ते लत भी खराब है बापू जी थोड़ी? लत वो खराब नहीं है, गोडे जो है वजन चलना शरीर का नहीं चलते हैं, इस करके मैनू ये लेनी पई है। संगतों नू बेनती करांगा अगर जे कोई संगत वीर पहन की मतलब हौसला पैंदा तो मैनू चलने का सहारा मिल जाता, बहुत बहुत धन्यवाद। नंबर तुहानू मैं दे दिना 9964-6-76-5-60। अगर जो किसी वीर का मतलब मन करता है दया आँदी है तो चलने की मदद का सहारा मैंने दे जाए जी। मतलब तुसी अपील कर रहे हो संगतों को कि तुहानू बैटरी वाला कोई वह साइकिल दे देता जाए? नहीं जी इसी पर काम कराना मैं। अच्छा
ਚਾਹੀਦੇ ਕੰਮ ਕਰਵਾ ਦਿੱਤਾ ਜਾਵੇ। ਬੈਠੀ ਵਾ ਤਾਂ ਮੈਂ ਹੁਣ ਲਿਆ ਜਾ ਕੇ ਹੁਣ ਲਿਆ ਛੱਡ ਦਵਾਂ। ਇਹਦੇ ਵਿੱਚ ਕੀ ਕੰਮ ਕਰਵਾਉਣਾ ਚਾਹੁੰਦੇ ਹੋ ਫਿਰ ਤੁਸੀਂ? ਇਹਦੇ ਵਿੱਚ ਜਾਂ ਪੈਟਰੋਲ ਵਾਲਾ ਹੋਵੇ ਜਾਂ ਬੈਟਰੀ ਵਾਲਾ ਇੰਜਣ ਹੋਵੇ, ਉਹ ਰਖਾਉਣਾ ਚੱਲਣ ਦਾ ਸਹਾਰਾ ਮਿਲ ਜਾ, ਤਾਂ ਕਿ ਮੈਂ ਜਿਹੜਾ ਬੁਢਾਪਾ ਹੈਗਾ ਇਹ ਮਰਦਾ ਸੰਗਤ ਦੀ ਸੰਜੋਗ ਨਾਲ ਮੈਂ ਚੰਗੀ ਤਰ੍ਹਾਂ ਕੱਟ ਲਿਆਵਾਂ ਆਪਣਾ ਜ਼ਿੰਦਗੀ ਦਾ ਸਫ਼ਰ। ਕੋਈ ਨਿਆਣਾ ਨਹੀਂ ਬਣਾਉਣਾ, ਕੋਈ ਬੈਂਕ ਨਹੀਂ ਬਣਾਇਆ, ਕੋਈ ਕੋਠੀ ਨਹੀਂ ਬਣਾਉਣੀ ਹੈ। ਮੇਰਾ ਤਾਂ ਘਰ ਇਹੀ ਹੈ, ਆਹੀ ਮੇਰਾ ਘਰ ਹੈ, ਆਹੀ ਮੇਰਾ ਪਿੰਡ ਹੈ, ਆਹੀ ਮੇਰਾ ਸੁਭਾਅ। ਅੱਛਾ, ਉਮਰ ਕਿੰਨੀ ਹੈ ਬਾਪੂ ਜੀ ਤੁਹਾਡੀ? ਉਮਰ ਤਾਂ ਬਹੁਤੀ ਨਹੀਂ, ਉਮਰ ਤੋਂ 87 ਸਾਲ ਮੈਂ ਲੱਗਿਆ ਜੀ। ਅਤੇ ਹੁਣ ਕਹਿੰਦੇ ਨੇ ਕਿ ਹਲੇ ਸਰਕਾਰ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਕਾਫ਼ੀ ਲੰਮਾ ਜਿਹੜਾ ਇਹ ਮੋਰਚਾ ਲੱਗ ਸਕਦਾ, ਉਦੋਂ ਤੱਕ ਇੱਥੇ ਹੀ ਰਹੋਗੇ? ਇੱਥੇ ਹੀ ਰਹੋਗੇ ਜੀ। ਹਾਂ, ਮੈਨੂੰ ਕੀ ਹੈ, ਦੇਖੋ ਜੀ ਗੱਲ ਸੁਣੋ ਮੇਰੀ, ਕੋਠੀ ਮੈਂ ਨਹੀਂ ਪਾਈ ਹੈ, ਬੈਂਕ ਮੈਂ ਨਹੀਂ ਬਣਾਇਆ, ਅਨਪਾਣੀ ਮੈਨੂੰ ਇੱਥੇ ਮਿਲ ਜਾਂਦਾ, ਖਰਚਾ ਪਾਣੀ ਸੰਗਤ ਕੇ ਸੰਜੋਗ ਨਾਲ ਆਪ ਮਿਲ ਜਾਂਦਾ। ਮਤਲਬ ਉਹਦੇ ਹੀ ਮਤਲਬ ਹਿਰਦੇ ਮੈਂ ਰੱਖੂੰ ਆਪਣੇ ਮਹਾਰਾਜ ਨੂੰ ਵਸਾ ਕੇ, ਜਿਹੜਾ ਉਹ ਮੇਰੇ ਤੱਕ ਆਉਂਦਾ ਮੈਂ ਕਰੀ ਜਾਂਦਾ। ਮੈਂ ਕੋਈ ਕਰਨੇ ਜੋਗਾ ਨਹੀਂ ਹੂੰ, ਮਹਾਰਾਜ ਨਹੀਂ ਕਰਨਾ ਜੋ ਕਰਨਾ, ਮਤਲਬ ਮਹਾਰਾਜ ਕੋਲ ਹਿੱਟਿਆ ਮੇਰਾ ਮੁਝ, ਮੈਂ ਕੁਛ ਨਹੀਂ ਹੈ, ਜੋ ਕੁਛ ਹੈ ਜੋ ਤੇਰਾ ਤੇਰਾ ਤੁਝਕੋ ਸੌਂਪ ਲਿਆ, ਕਿਆ ਲੱਗ ਗਿਆ ਮੇਰਾ 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 ਕੁਛ ਨਹੀਂ ਹੈ, ਇਹ ਸਭ ਉਸੀ ਕਾ ਹੀ ਹੈ। ਭੁੱਕਾ ਰੱਖੇ, ਨੰਗਾ ਰੱਖੇ, ਢਕਿਆ ਰੱਖੇ, ਬਾਹਰ ਪਾਵੇ ਅੰਦਰ ਪਾਵੇ, ਉਸੀ ਨਾ ਕਰਨਾ। ਸੋ ਇਹ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ ਜੋ ਕਿ ਕਾਫ਼ੀ ਵੱਡੀ ਉਮਰ ਦੇ ਬਜ਼ੁਰਗ ਨੇ, ਪਰ ਹੌਂਸਲੇ ਇਹਨਾਂ ਦੇ ਨੌਜਵਾਨਾਂ ਤੋਂ ਵੀ ਵੱਧ ਕੇ ਨੇ, ਜਿਸ ਕਰਕੇ ਇੱਥੇ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ। ਅਤੇ ਕਿਹਾ ਜਾ ਰਿਹਾ ਕਿ ਉਦੋਂ ਤੱਕ ਇਹਨਾਂ ਸਿੰਘਾਂ ਦਾ ਇੱਥੇ ਸਿੱਖ ਜਥੇਬੰਦੀਆਂ ਦਾ ਸਾਥ ਦੇਵਾਂਗੇ ਜਦੋਂ ਤੱਕ ਮੋਰਚਾ ਜਿਹੜਾ ਫਤਿਹ ਨਹੀਂ ਹੁੰਦਾ। ਵੀਡੀਓ ਜਰਨਲਿਸਟ ਵਿਨੇ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਔਨ ਲਈ, ਚੰਡੀਗੜ੍ਹ।